ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਟੂ ਮਾਈ ਵਲੋਗ। ਅਤੇ ਅੱਜ ਇੱਕ ਸਪੈਸ਼ਲ ਵਲੋਗ ਆ, ਕਿਉਂਕਿ ਜੇ ਤੁਸੀਂ ਸਾਡੇ ਵਲੋਗਸ ਦੇਖ ਰਹੇ ਸੀਗੇ ਜਦੋਂ ਅਸੀਂ ਇੰਡੀਆ ਗਏ ਸੀਗੇ, ਉਦੋਂ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੋਊਗੀ ਕਿ ਮੇਰਾ ਕਜ਼ਨ ਉਹਦੇ ਵਿੱਚ ਸੀਗਾ। ਅਤੇ ਅੱਜ ਆਮ ਬਹੁਤ ਸਪੈਸ਼ਲ ਡੇ ਆ, ਕਿਉਂਕਿ ਅੱਜ ਉਹ ਅਤੇ ਮੇਰੇ ਮਾਸੀ ਜੀ ਆ ਰਹੇ ਨੇ ਇੰਡੀਆ ਤੋਂ ਮੈਲਬਨ ਦੇ ਵਿੱਚ, ਅਤੇ ਮੈਂ ਅਤੇ ਮੇਰੇ ਡੈਡੀ ਅੱਜ ਉਹਨਾਂ ਨੂੰ ਹੁਣ ਚੱਕਣ ਜਾ ਰਹੇ ਹਾਂ ਏਅਰਪੋਰਟ 'ਚ। ਮੈਂ ਹੁਣੀ ਸਕੂਲ ਤੋਂ ਆਇਆਂਗਾ, ਤਾਂ ਹੀ ਮੈਂ ਹੁਣੀ ਕੱਪੜੇ ਪਾਏ ਆ, ਅਤੇ ਮੈਂ ਹੁਣ ਪੱਗ ਬੰਨਣ ਲੱਗਿਆਂਗਾ। ਸੋ ਮੈਂ ਤੁਹਾਨੂੰ ਨਾਲ ਲੈ ਕੇ ਜਾਊਂਗਾ ਅਤੇ ਸਾਰਾ ਐਕਸਪੀਰੀਅੰਸ ਨਾਲ ਸ਼ੇਅਰ ਕਰੂੰ। ਗਾਇਜ਼, ਅਸੀਂ ਹੁਣ ਲਿਫਟ ਦੇ ਵਿੱਚ ਆ ਗਏ, ਅਤੇ ਅਸੀਂ ਲੈਵਲ 1 ਤੋਂ ਪਾਸ ਕੀਤੀ ਆ, ਅਤੇ ਅਸੀਂ ਥੋੜ੍ਹਾ ਜਿਹਾ ਅਰਲੀ ਆ ਗਏ, ਤਾਂ ਅਸੀਂ ਹੁਣ ਵੈਸੇ ਉਹਨੂੰ ਵੇਟ ਕਰਦੇ ਹਾਂ। ਸੋ ਗਾਇਜ਼, ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਉਹਨਾਂ ਦੀ ਫਲਾਈਟ ਸ਼੍ਰੀਲੰਕਨ ਏਅਰਲਾਈਨਸ ਵਾਲੀ ਸੀ ਕੋਲੰਬੋ ਤੋਂ, ਅਤੇ ਉਹ ਡਿਲੇ ਹੋ ਗਈ 40 ਮਿੰਟ, ਅਤੇ ਹਜੇ ਤਾਂ ਉਹ ਲੈਂਡ ਵੀ ਨਹੀਂ ਹੋਏ, ਅਤੇ ਅਸੀਂ ਤਾਂ ਆਲਰੇਡੀ ਏਅਰਪੋਰਟ 'ਚ ਵੀ ਪਹੁੰਚੀਏ, ਸੋ ਸਾਨੂੰ ਹੁਣ ਕਾਫੀ ਟਾਈਮ ਵੇਟ ਕਰਨਾ ਪਊਗਾ। ਗਾਇਜ਼, ਕਿਉਂਕਿ ਮੈਂ ਸਿੱਧਾ ਸਕੂਲ ਤੋਂ ਆਇਆ ਸੀਗਾ, ਮੈਨੂੰ ਕਾਫੀ ਭੁੱਖ ਲੱਗੀ ਸੀ, ਸੋ ਅਸੀਂ ਮੈਂ ਅਤੇ ਡੈਡੀ ਨੇ ਕੁਛ ਪੀਣ ਲਈ ਲੈ ਲਿਆ। ਮੈਂ ਹੌਟ ਚੋਕਲੇਟ ਲੈ ਲਿਆ ਅਤੇ ਡੈਡੀ ਨੇ ਕੈਪੂਚੀਨੋ। ਗਾਇਜ਼, ਆਹ ਦੇਖੋ, ਇੱਥੇ ਨਿਊਜ਼ ਰਿਪੋਰਟਰਸ ਵੀ ਆਏ ਨੇ। ਸੋ ਗਾਇਜ਼, ਅਰਾਊਂਡ ਹਾਫ ਐਨ ਆਵਰ ਹੋ ਗਿਆ ਉਹਨਾਂ ਦੀ ਫਲਾਈਟ ਲੈਂਡ ਹੋਇਆ ਨੂੰ, ਅਤੇ ਹੁਣ ਕਾਫੀ ਲੋਕ ਉਹਨਾਂ ਦੀ ਫਲਾਈਟ 'ਚੋਂ ਬਾਹਰ ਆਈ ਜਾਂਦੇ ਆ, ਤਾਂ ਹੀ ਮੈਂ ਹੁਣ ਆਹ ਥਾਂ ਜਿੱਤੇ ਖੜ ਗਿਆ ਉਹਨਾਂ ਲਈ ਵੇਟ ਕਰ ਦਾਂਗਾ, ਅਤੇ ਡੈਡੀ ਦੂਜੇ ਪਾਸੇ ਖੜ ਗਏ। ਗਾਇਜ਼, ਹੁਣ ਤਾਂ ਸਾਰੇ ਜਾਣੇ ਆ ਗਏ, ਮੈਨੂੰ ਤਾਂ ਲੱਗਦਾ ਸਾਡੇ ਵਾਲੇ ਜਹਾਜ਼ ਸਾਰਾ ਕਲੀਨ ਕਲੂਨ ਕਰਕੇ ਆਉਣਗੇ, ਵੀ ਇੰਨਾ ਟਾਈਮ ਲਾ ਰਹੇ ਆ। ਅਤੇ ਵੈਸੇ ਹੁਣ ਸਾਰਾ ਪਲੇਨ ਮੋਸਟਲੀ ਆ ਗਿਆ, ਤਾਂ ਹੀ ਉਹ ਥੋੜ੍ਹਾ ਜਿਹਾ ਲੇਟ ਆ, ਤਾਂ ਵੇਟ ਕਰ ਰਹੀ ਹਾਂ। Can I have one Mexican combo? Guys, safely land ho gaye. Large? Eh, assi hun kuch khaan le le rahe hain. Both without ice. One large fry then.
ਗਾਇਸ ਅਸੀਂ ਹੁਣ ਘਰ ਆ ਗਏ, ਮੈਂ ਕੱਪੜੇ ਬਦਲ ਲਏ ਅਤੇ ਮੇਰਾ ਕਜ਼ਨ ਸਹਿਜ ਉਹ ਨਹਾ ਰਿਹਾ ਗਾ ਕਿਉਂਕਿ ਓਬਵੀਅਸਲੀ ਫਲਾਈਟ ਤੋਂ ਬਾਅਦ ਇਵੇਂ ਬਹੁਤ ਥੱਕ ਗਏ, ਅਤੇ ਮੇਰੇ ਮਾਸੀ ਜੀ ਉਹ ਬੈਠੇ ਆ ਹੁਣ ਲਿਵਿੰਗ ਦੇ ਵਿੱਚ, ਅਤੇ ਹਜੇ ਥੋੜ੍ਹਾ ਜਿਹਾ ਟਾਈਮ ਸੈਟਲ ਹੋ ਰਹੇ ਆ, ਤਾਂ ਹੀ ਆਪਾਂ ਮਿਲਦੇ ਹਾਂ ਸਾਰੇ ਸਵੇਰ ਦੇ ਵਿੱਚ। ਗਾਇਸ ਹੁਣ ਸਵੇਰ ਹੋ ਗਈ ਅਤੇ ਅਸੀਂ ਤਾਂ ਸਕੂਲ ਜਾਣਾ ਗਾ, ਸਾਡਾ ਲਾਸਟ ਵੀਕ ਛੁੱਟੀਆਂ ਤੋਂ ਪਹਿਲਾਂ, ਅਤੇ ਉਹਦਾ ਮਤਲਬ ਸਹਿਜ ਹੋਣੀ ਅਤੇ ਮੰਨੇ ਮਾਸੀ ਜੀ ਇਕੱਲੇ ਹੋਣਗੇ ਘਰ, ਤਾਂ ਹੀ ਫਿਰ ਅਸੀਂ ਇਕੱਲੇ ਵੀ ਨਹੀਂ ਛੱਡ ਸਕਦੇ, ਤਾਂ ਹੀ ਅਸੀਂ ਤਾਂ ਹੀ ਉਹ ਆਪਦੇ ਸਾਡੇ ਮਾਮਾ ਜੀ ਦੇ ਘਰ ਜਾਣਗੇ ਅਤੇ ਫਿਰ ਅੱਜ ਦਾ ਦਿਨ ਉੱਥੇ ਰਹਿਣਗੇ, ਅਤੇ ਫਿਰ ਉਹਦੇ ਤੋਂ ਬਾਅਦ ਕੱਲ੍ਹ ਨੂੰ ਮੇਰੀ ਛੁੱਟੀ ਆ ਸਕੂਲ ਤੋਂ, ਅਤੇ ਫਿਰ ਮੈਂ ਤਾਂ ਸਹਿਜ ਕੱਲ੍ਹ ਨੂੰ ਬਹੁਤ ਖੇਡਾਂਗੇ, ਅਤੇ ਸਕੂਲ ਤੋਂ ਬਾਅਦ ਵੀ ਅਸੀਂ ਬਹੁਤ ਮਜ਼ਾ ਕਰਾਂਗੇ, ਅਤੇ ਸ਼ਾਇਦ ਮੇਰੀ ਮੂਵੀ ਵੀ ਦੇਖਣ ਜਾਈਏ ਮਿਸਟਰ ਸ਼ਦਾਈ ਅੱਜ। ਹੈਲੋ ਗਾਇਸ, ਕੈਸੇ ਹੋ ਆਪ? ਹੈਲੋ ਹੈਲੋ, ਆ ਕੱਟ ਦੇ ਇਸ ਮਲਾ ਹੈ ਕਾਇਨ ਕੈਂਚੀ ਨੀਚੇ ਆ ਨੀਚੇ ਨੀਚੇ ਕੱਟ ਦਾਂਗੇ। ਸੋ ਗਾਇਸ, ਅਸੀਂ ਹੁਣ ਤਿਆਰ ਹੋ ਗਏ ਅਤੇ ਮੈਂ ਸੌਕਰ ਤੋਂ ਆ ਗਿਆ, ਅਤੇ ਅਸੀਂ ਹੁਣ ਮੂਵੀ ਦੇਖਣ ਜਾ ਰਹੇ ਹਾਂ ਮਿਸਟਰ ਸ਼ਦਾਈ, ਜਿਵੇਂ ਮੈਂ ਸਵੇਰੇ ਕਿਹਾ ਸੀਗਾ। ਸੋ ਚਲੋ ਆਪਾਂ ਹੁਣ ਨੀਚੇ ਜਾਂਦੇ ਹਾਂ। ਦੀਦੀ ਟੋਪੀ ਲਾਤੀ, ਨੱਕ ਬੰਦ ਹੋਊਗਾ। ਆਪਾਂ ਹੁਣ ਅੰਦਰ ਜਾਂਦੇ ਹਾਂ, ਅਸੀਂ ਥੋੜਾ ਜਿਹਾ ਅਰਲੀ ਸੀਗੇ, ਸੋ ਆਪਾਂ ਅਸੀਂ ਹੁਣ ਥੋੜਾ ਜਿਹਾ ਟਾਈਮ ਅੰਦਰ ਸ਼ੋਪਿੰਗ ਸੈਂਟਰ ਦੇ ਵਿੱਚ ਘੁੰਮਾਂਗੇ, ਤੇ ਉਸ ਤੋਂ ਬਾਅਦ ਅਸੀਂ ਸਿਨੇਮਾ ਦੇ ਵਿੱਚ ਜਾਣਾ। ਸੋ ਗਾਇਸ, ਅਸੀਂ ਹੁਣ ਸਿਨੇਮਾ ਦੇ ਵਿੱਚ ਆ ਗਏ। ਜਸਵੰਤ ਦੀਦੀ ਅਤੇ ਡੈਡੀ ਦੋਨੇ ਟਿਕਟਾਂ ਲੈ ਰਹੇ ਆ, ਅਤੇ ਮੈਂ ਤਾਂ ਸਹਿਜ ਵੈਸੇ ਹੀ ਇੱਥੇ ਗੇੜੇ ਕੱਢਦੇ ਹਾਂ ਜਿੰਨਾ ਟਾਈਮ ਉਹ ਟਿਕਟਾਂ ਲੈਂਦੇ ਆ। ਗਾਇਸ, ਸਿਨੇਮਾ 5 ਆ, ਸੋ ਅਸੀਂ ਹੁਣ ਦੇਖਦੇ ਹਾਂ ਕਿਹੜਾ ਗਾ। ਮੈਂ ਮੰਗਿਆ ਕੀ ਸੀ ਰੱਬ ਕੋਲੋਂ, ਬਸ ਇੱਕ ਵਿਆਹ ਹੀ ਤਾਂ ਕਰਾਉਣਾ ਚਾਹੁੰਦਾ ਸੀ ਨਾ, ਤਾਂ ਜੋ ਮੇਰੀ ਫੈਮਿਲੀ ਹੋਵੇ, ਮੇਰੇ ਬੱਚੇ ਹੋਣ ਅਤੇ ਉਹਨਾਂ ਦਾ ਮੈਂ ਖਿਆਲ ਰੱਖ ਸਕਾਂ, ਬਸ ਆਹੀ ਨਾ। ਪਰ ਨਹੀਂ, ਪਹਿਲਾਂ ਤਾਂ ਕਦੇ ਹਿੰਮਤ ਹੀ ਨਹੀਂ ਕਰ ਪਾਇਆ ਜਿਹਨੂੰ ਚਾਹਿਆ ਸੀ। How is he today? He was just in pain. I just gave him his medicines. Mm-hmm. He's resting now. Okay. Hmm.
ਓ ਮਾਈ ਗੋਸ਼ ਗਾਇਸ, ਵਾਟ ਆ ਮੂਵੀ! ਹੁਣ ਇੰਟਰਵਲ ਹੋਏਗਾ, ਬਹੁਤ ਜ਼ਿਆਦਾ ਵਧੀਆ ਮੂਵੀ ਚੱਲ ਰਹੀ ਆ, ਬਹੁਤ ਘੈਂਟ ਆ ਅਤੇ ਮੈਨੂੰ ਬਹੁਤ ਵਧੀਆ ਲੱਗੀ। ਸੋ ਮੈਂ ਹੁਣ ਅੰਦਰ, ਮੈਂ ਥੋੜ੍ਹੇ ਜਿਹੇ ਚਿਪਸ ਲੈਣ ਆਏਗਾ ਅਤੇ ਫਿਰ ਬਾਅਦ 'ਚ ਮੈਂ ਫਿਰ ਅੰਦਰ ਜਾਊਂਗਾ। ਹਾਂਜੀ, ਤੁਸੀਂ ਖਾਓਗੇ? ਓਕੇ ਗਾਈਜ਼, ਥੈਂਕ ਯੂ ਸੋ ਮੱਚ ਫੋਰ ਵਾਚਿੰਗ ਅੱਜ ਦਾ ਵਲੋਗ, ਅਤੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਅਤੇ ਸਬਸਕ੍ਰਾਈਬ ਸਾਡੇ ਚੈਨਲ ਨੂੰ ਜ਼ਰੂਰ ਕਰਿਓ, ਅਤੇ ਜੇ ਤੁਸੀਂ ਹਜੇ ਮੂਵੀ ਨਹੀਂ ਦੇਖੀ ਮਿਸਟਰ ਸ਼ਦਾਈ ਤਾਂ ਛੇਤੀ ਛੇਤੀ ਸਿਨੇਮਾਜ਼ ਦੇ ਵਿੱਚ ਜਾ ਕੇ ਦੇਖਿਓ, ਕਿਉਂਕਿ ਬਹੁਤ ਜ਼ਿਆਦਾ ਵਧੀਆ ਮੂਵੀ ਆ। ਅਤੇ ਮੈਂ ਅਤੇ ਮੇਰੇ ਕਜ਼ਨ ਹੁਣ ਸਹਿਜ ਨੇ ਬਹੁਤ ਜ਼ਿਆਦਾ ਵਧੀਆ ਤੁਹਾਡੇ ਲਈ ਵਲੋਗਸ ਵੀ ਲੈ ਕੇ ਆਉਣੇ ਆ। ਸੋ ਤੁਸੀਂ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਅਸੀਂ ਬਹੁਤ ਜ਼ਿਆਦਾ ਤੁਹਾਡੇ ਲਈ ਐਂਟਰਟੇਨਿੰਗ ਵੀਡੀਓਜ਼ ਲੈ ਕੇ ਆਵਾਂਗੇ।